ਆਪਣੀ ਗਾਇਕੀ ਦੇ ਨਾਲ ਸਭ ਦਾ ਦਿਲ ਜਿੱਤਣ ਵਾਲੇ ਰੋਸ਼ਨ ਪ੍ਰਿੰਸ ਪੰਜਾਬੀ ਸਿਨੇਮੇ ਵਿੱਚ ਮੁੜ ਸਰਗਰਮ ਹੋ ਗਿਆ ਹੈ। ਆਪਣੀ ਸੁਪਰਹਿੱਟ ਫਿਲਮ ਲਾਵਾਂ ਫੇਰੇ ਤੋਂ ਬਾਅਦ ਉਸ ਕੋਲ ਲਗਾਤਾਰ ਫਿਲਮਾਂ ਦੀਆਂ ਆਫਰਾਂ ਆ ਰਹੀਆਂ ਨੇ। ਰੋਸ਼ਨ ਪ੍ਰਿੰਸ ਨੇ 3 ਵੱਡੀਆਂ ਫਿਲਮਾਂ ਸਾਈਨ ਵੀ ਕਰ ਲਈਆਂ ਨੇ। ਪੰਜਾਬੀ ਫਿਲਮ ਰਾਂਝਾ ਰਿਫਿਊਜੀ ਤੋਂ ਬਾਅਦ ਹੁਣ ਉਹ ਆਪਣੀ ਅਗਲੀ ਫਿਲਮ ਮੁੰਡਾ ਫਰੀਦ ਕੋਟੀਆ ਦੀ ਸ਼ੂਟਿੰਗ ਕਰਨਗੇ। ਇਸ ਫਿਲਮ ਦੀ ਸ਼ੂਟਿੰਗ 23 ਸਪਤੰਬਰ ਤੋਂ ਬਾਬਾ ਫਰੀਦ ਦੀ ਨਗਰੀ ਫਰੀਦਕੋਟ ਵਿਖੇ ਹੋਏਗੀ। ਇਸ ਫਿਲਮ ਨੂੰ ਲਿਖਿਆ ਅੰਜਲੀ ਖੁਰਾਨਾ ਨੇ ਹੈ ਤੇ ਇਸ ਫਿਲਮ ਨੂੰ ਡਾਇਰੈਕਟ ਕਰਨਗੇ ਮਨਦੀਪ ਸਿੰਘ ਚਾਹਲ ਤੇ ਇਸ ਨੂੰ ਪ੍ਰੈਜ਼ੈਂਟ ਕਰਨਗੇ ਕੈਨੇਡਾ ਦੀ ਕੰਪਨੀ ਡੈਲਮੋਰਾ। ਇਸ ਫਿਲਮ ਵਿੱਚ ਪੰਜਾਬੀ ਸਿਨੇਮਾ ਦੇ ਕਈ ਦਿੱਗਜ ਚਿਹਰੇ ਵੀ ਨਜ਼ਰ ਆਉਣਗੇ। ਤੁਹਾਨੂੰ ਦੱਸ ਦਈਏ ਕਿ ਫਰੀਦਕੋਟ ਦੇ ਨਾਲ ਨਾਲ ਇਸ ਦੀ ਸ਼ੂਟਿੰਗ ਮਲੇਰਕੋਟਲਾ, ਦੁਰਾਹਾ ਤੇ ਚੰਡੀਗੜ੍ਹ ਦੇ ਆਸ ਪਾਸ ਦੇ ਖੇਤਰਾਂ ਵਿੱਚ ਕੀਤੀ ਜਾਏਗੀ। ਇਹ ਫਿਲਮ ਕਰਨ ਤੋਂ ਬਾਅਦ ਰੋਸ਼ਨ ਪ੍ਰਿੰਸ ਨਿਰਦੇਸ਼ਕ ਅਵਤਾਰ ਸਿੰਘ ਦੀ ਅਗਲੀ ਫਿਲਮ ਵਿੱਚ ਵੀ ਨਜ਼ਰ ਆਉਣਗੇ। ਇਸ ਵਿੱਚ ਉਸਦੀ ਹੀਰੋਇਨ ਵਾਮਿਕਾ ਗੱਬੀ ਹੈ। ਰੋਸ਼ਨ ਪ੍ਰਿੰਸ ਦੇ ਮੁਤਾਬਿਕ ਗਾਇਕੀ ਉਸਦਾ ਕਰਮ ਹੈ ਤੇ ਅਦਾਕਾਰੀ ਉਸਦਾ ਪੇਸ਼ਾ। ਇਸ ਲਈ ਉਹ ਹਮੇਸ਼ਾ ਆਪਣੇ ਕੰਮ ਵਿੱਚ ਇਮਾਨਦਾਰੀ ਰੱਖਦਾ ਹੈ। ਜ਼ਿੰਦਗੀ ਦੇ ਕੌੜੇ ਮਿੱਠੇ ਤਜਰਬਿਆਂ ਤੋਂ ਬਾਅਦ ਹੁਣ ਉਹ ਆਪਣਾ ਹਰ ਕਦਮ ਸੋਚ ਸਮਝ ਕੇ ਰੱਖ ਰਿਹਾ ਹੈ।